वो जो है प्यारे मौलाना साहब, तू ठेकेदार हो? मैं कहता ठेकेदार नहीं, चौकीदार। बाबा जी ने वैसे अपनी जिंदगी के आखिरी किताब के अंदर फरमाया सी, तुहानूं गल्लां सिखाईयां कि नहीं। जिहड़ा बंदा आके तुहानूं दीन दी गल करदा, तुसीं कहिंदे हो ठेकेदार है, तू कहिंदे फरमान लगे कि अगर यही गल है तो फिर है गया। जे तुसीं कुफर दी चमचागिरी दे ठेकेदार हो तो असीं रसूलुल्लाह दी गुलामी दे ठेकेदार। जदों तक तुसी आप अपनी इज्जत नहीं करनी, तुहाडी किसे ने? यार वकील सीना चौड़ा करके कहंदा अल्हम्दुलिल्लाह हम वकील हैं। डॉक्टर अपने क्लिनिक दे अंदर जनाब कहंदा हम डॉक्टर। तुसी रसूलुल्लाह दे मसल्ले ते खड़े होंदे हो, ਤੁਹਾਨੂੰ ਕਾਹਦੀ ਹਿਚਕਿਚਾਹਟ? ਇਹ ਆਖਣਾ ਕਿਹੜਾ ਨਹੀਂ ਹਮ ਉਹਦੀ ਐਸੇ ਤੇ ਅਸੀਂ ਇਮਾਮਤ ਕਰਨੇ ਪਰ ਅਸੀਂ ਮੌਲਵੀ ਨਹੀਂ, ਇਹ ਕਿਹੜੇ? ਅਲਹਮਦੁਲਿਲਾ ਅਸੀਂ ਮੌਲਵੀ ਹਾਂ, ਕੱਟਰ ਮੌਲਵੀ। ਖੁਦਾ ਦੇ ਬੰਦਿਓ ਇਹ ਜ਼ਿਹਨ ਚ ਰੱਖ ਲਓ, ਰੱਬ ਨੇ ਤੁਹਾਨੂੰ ਉਹ ਮਕਾਮ ਦਿੱਤਾ ਅਗਰ ਤੁਸੀਂ ਸਮਝੋ ਕਿ ਇਲਾਕੇ ਦਾ ਐਮ ਪੀ ਏ ਐਮ ਐਲ ਏ ਇਲਾਕੇ ਦਾ ਜਨਾਬ ਵਾਲਾ ਬਹੁਤ ਬੜਾ ਇੱਜ਼ਤਦਾਰ ਆਦਮੀ, ਹੱਤਾ ਕਿ ਕੋਈ ਆਪਣੇ ਏਰੀਏ ਦਾ ਮਨਿਸਟਰ ਜਦੋਂ ਨਮਾਜ਼ ਦਾ ਟਾਈਮ ਆਏਗਾ ਤੇਰੇ ਪਿੱਛੇ ਖੜਾ ਹੋ ਜਾਏ। ਜਦੋਂ ਤੂੰ ਰੱਬ ਦੀ ਬਾਰਗਾਹ ਝੁਕੇਗਾ ਸਰ ਸਾਰਿਆਂ ਦਾ ਅੱਲਾ ਦੀ ਬਾਰਗਾਹ ਝੁਕਿਆ ਹੋਵੇਗਾ, ਲੇਕਿਨ ਇਹ ਜ਼ਿਹਨ ਵਿੱਚ ਰੱਖ ਲੈ ਕਿ ਅੱਲਾ ਕਰੀਮ ਨੇ ਤੈਨੂੰ ਉਹਨਾਂ ਦੇ ਉੱਤੇ ਮੁਕੱਦਮ ਰੱਖਿਆ ਕਿ ਤੈਨੂੰ ਉਹਨਾਂ ਸਾਰਿਆਂ ਤੋਂ ਨਹੀਂ ਬਖਤੋ, ਤੁਸੀਂ ਆਪਣੀ ਇੱਜ਼ਤ ਨੂੰ ਆਪ ਪਛਾਣੋ। ਸੁਭਾਨ ਅੱਲਾ। ਮੈਂ ਉਹਨਾਂ ਪੀਰਾਂ ਤੇ ਹੈਰਾਨ ਹਾਂ ਯਾਰ ਜਿਨ੍ਹਾਂ ਨੂੰ ਲਬੈਕ ਚ ਇਸਲਾਮ ਤੇ ਜਨਾਬ ਦੀਨ ਨਜ਼ਰ ਨਹੀਂ ਆਉਂਦਾ ਤੇ ਬੱਲੇ ਚ ਨਜ਼ਰ ਆ ਜਾਂਦਾ, ਤੀਰ ਚ ਨਜ਼ਰ ਆ ਜਾਂਦਾ, ਨੂਨ ਚ ਨਜ਼ਰ ਆ ਜਾਂਦਾ, ਹੈਰਤ ਦੀ ਬਾਤ ਹੈ ਜੀ। ਮੈਂ ਵੈਸੇ ਜੰਗਲ ਗੱਲ ਕਰ ਰਿਹਾ, ਕਿਸੇ ਖਾਸ ਗੱਡੀ ਦਾ ਨਾਮ ਨਹੀਂ ਲੈ ਰਿਹਾ, ਕਰਾਚੀ ਤੋਂ ਲੈ ਕੇ ਖੈਬਰ ਤੱਕ। ਐਵੇਂ ਆਪਣੇ ਆਪ ਤੋਂ ਸਵਾਲ ਕਰੋ ਅੱਜ ਦੇ ਦੌਰ ਦੇ ਅੰਦਰ, ਅਗਰ ਹਜ਼ੂਰ ਪੀਰ ਮੇਰਲੀ ਸ਼ਾਹ ਸਰਕਾਰ, ਅੱਜ ਜਨਾਬ ਆਲਾ ਹਜ਼ੂਰ ਪੀਰ ਸਿਆਲ ਲਜਪਾਲ, ਅੱਜ ਹਜ਼ੂਰ ਪੀਰ ਪਠਾਨ ਲਜਪਾਲ, ਅੱਜ ਹਜ਼ੂਰ ਗਜ਼ਾਲੀ ਜ਼ਮਾਨ ਲਜਪਾਲ, ਅੱਜ ਜਨਾਬ ਆਲਾ ਹਜ਼ਰਤ ਬਹਾਉਦੀਨ ਜ਼ਕਰੀਆ ਮੁਲਤਾਨੀ ਲਜਪਾਲ, ਇਹ ਮੁਲਤਾਨ ਦੇ 1.25 ਲੱਖ ਵਾਲੀ ਅੱਜ ਦੇ ਦੌਰ ਚ ਆਉਂਦੇ ਤੇ ਕੀ ਨਾਰਾ ਲਾ ਰਹੇ ਹੁੰਦੇ ਸਨ? ਕੀ ਉਹ ਕਹਿੰਦੇ ਕਿ ਇੰਪੋਰਟਡ ਹਕੂਮਤ ਨਾ ਮਨਜ਼ੂਰ ਹੈ ਨਾਰਾ ਲਾਉਣਾ ਸੀ, ਜਾਂ ਉਹ ਕਹਿੰਦੇ ਜਨਾਬ ਸੁਣੋ ਸੁਣੋ ਤਵੱਜੋ ਤਵੱਜੋ ਤਵੱਜੋ, ਜਾਂ ਉਹ ਨਾਰਾ ਲਾਉਣਾ ਸੀ ਕਿ ਜਨਾਬ ਆਲਾ ਆਏਗਾ ਇਮਰਾਨ ਤੇ ਬਣੇਗਾ ਨਿਆ ਪਾਕਿਸਤਾਨ, ਜਾਂ 1.25 ਲੱਖ ਪੀਰਾਂ ਦਾ ਮੁਲਤਾਨ ਦਾ ਇੱਕੋ ਹੀ ਨਾਰਾ ਹੋਣਾ ਸੀ ਲੱਭੇ फिर तुहानू अपने गिरेबान झांकना चाहिए, फिर तुहानू इज्जत ते जिल्लत की पहचान खत्म हो गई, फिर तुहानू वाकईतन इज्जत ते जिल्लत की पहचान नहीं। मैं कहना चाहना कि पूरे पाकिस्तान में कोई भी मजहबी चाहे वह आलम दीन हो चाहे वह पीर हो, लबैक तो बद के उन्होंने किसी जगह इज्जत मिलनी चाहिए। क्या बेशक, ये भी इम्तिहान है, एक पास पीर हो, एक पास एम पी ए हो, एम एन ए हो, वडेरा हो, एक पास हजूर की इज्जत की गल करने वाले हो, ਸਾਡਾ ਇੱਕੋ ਹੀ ਉਸੂਲ ਹੈ, ਕਿਸੇ ਨੂੰ ਪੀਰ ਵੀ ਮੰਨਿਆ ਤੇ ਹਜ਼ੂਰ ਦੀ ਵਜ੍ਹਾ ਤੋਂ ਮੰਨੋ, ਬੇਸ਼ੱਕ ਬੇਸ਼ੱਕ, ਕਿਸੇ ਨੂੰ ਆਲਮ ਮੰਨਿਆ ਤੇ ਰਸੂਲullah ਦੀ ਵਜ੍ਹਾ ਤੋਂ, ਬੇਸ਼ੱਕ ਬੇਸ਼ੱਕ, ਕਿਸੇ ਨੂੰ ਅਗਰ ਸਰਦਾਰ ਮੰਨਿਆ ਤੇ ਸਰਕਾਰ ਦੀ ਵਜ੍ਹਾ ਤੋਂ ਮੰਨੋ, ਬੇਸ਼ੱਕ, ਜੇ ਸਰਕਾਰ ਦੀ ਨਿਸਬਤ ਨਹੀਂ ਤੇ ਸਾਡੇ ਵਾਸਤੇ ਆਉਂਦੀ ਕੋਈ ਵੈਲਿਊ ਨਹੀਂ, ਬੇਸ਼ੱਕ, ਬਸ ਇਹੀ ਗੱਲ ਹੈ, ਇਹੀ ਪੈਗਾਮ ਦੇਣਾ ਤੇ ਜਿਹਨੂੰ ਸਾਡੀ ਗੱਲ ਲੱਗੇ ਕੌੜੀ, ਮੈਂ ਤੇ ਮੌਲਵੀ ਤੇ ਮੈਂ ਤਾਂ ਤੈਨੂੰ ਕਿਹਾ ਮੈਂ ਕੱਟਰ ਮੌਲਵੀ, ਕੀ ਬਾਤ ਕੀ ਬਾਤ, जनाबे आला जनानियां नचाण वाले दीन नाल राजा आए
यात्रा बदोनाई यात्रा स्थाईं दी एक आयत पढ़ के पहले भी ते बाद च भी सिर्फ नाच गाना होए ओंदे अंदर तदीन नजर आ जाए जनाबियां दा लेकिन जिन गोलियां खा के लफे बनाने लाए उनां विच दीन नजर ना आए चार चार सफियां दी हदीस सुनाणी सुनाण वाले खुदा दी रूह मुजाहिदीन दे नजरिए विच दीन नजर ना आए ते जनाब सरदारी नमाज जिमरान दे अंदर उनां दीन नजर आ जाए मैं बस और कुछ नहीं कहना इकबाल दी जुबानी मैं इतना कहना कि बाकी नहीं तेरी मुहानी नजरी बाकी नहीं तेरी मुहानी नजरी ऐ खुशे ताए सुल्तानियों लाई अपीरी ऐ खुशे ताए सुल्तानियों